टीटू बाने ने धरने ला ला के 650 करोड़ रुपया पास करवाया। पर मैनू लगता वा भी साढ़े जिहड़े लीडर हैगे आ ओह उहनां नूं खुरद बुरद कर गया। मैं अज रवनीत बिट्टू नूं बेनती करन आया वा भी कैप्टन साहब ने तां इस्तीफा देता, तुसीं दसो भी 650 करोड़ रुपया है कित्थे आ। देश आजाद नहीं सीगा उदो भगत सिंह उन्होंने लड़ाइया लड़िया तो उन्होंने आजाद करवाया सारा देश। आपां जे कहदे भी तू तुसीं क्यों, अज तां बेनती करदे आ लीडरां नूं भी तुसीं मुद्दे चुको असीं रहिण दिंदे। अड्डा बना लिया जनहितैषी। टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਜਨਹਿਤ ਦੇ ਮੈਂ ਤੁਹਾਡੇ ਨਾਲ ਅੰਕਿਤ ਵਰਮਾ ਮੌਜੂਦ ਹਾਂ ਲੁਧਿਆਣੇ ਦੀ ਨਵੀਂ ਕਚਹਿਰੀ ਚੌਂਕ ਦੇ ਵਿੱਚ ਜਿੱਥੇ ਕਿ ਅੱਜ ਟੀਟੂ ਬਾਣੀਏ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਜਾਣਦੇ ਹਾਂ ਕਿ ਕਿਸ ਮੁੱਦੇ ਨੂੰ ਲੈ ਕੇ ਅੱਜ ਇਹ ਉਰੇ ਬੈਠੇ ਨੇ, ਕਿਉਂ ਕਿਉਂ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਗੱਲਬਾਤ ਕਰਦੇ ਹਾਂ ਟੀਟੂ ਬਾਣੀਏ ਦੇ ਨਾਲ। ਟੀਟੂ ਬਾਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ, ਕਿਸ ਵਜ੍ਹਾ ਦੇ ਨਾਲ ਕਰਦੇ? ਦੇਖੋ ਜੀ, ਕੋਰੋਨਾ ਦੌਰਾਨ ਸਾਨੂੰ ਪਤਾ ਲੱਗਿਆ ਵੀ ਆਕਸੀਜਨ ਦੀ ਕਿੰਨੀ ਲੋੜ ਹੁੰਦੀ ਆ, ਵਾਤਾਵਰਨ ਦੀ ਕਿੰਨੀ ਲੋੜ ਆ। ਅੱਜ ਪ੍ਰਾਈਵੇਟ ਹਸਪਤਾਲ ਭਰੇ ਪਏ ਨੇ, ਕਿਰਾ ਬਿਮਾਰੀਆਂ ਦਿਨੋਂ ਦਿਨ ਵੱਧ ਰਹੀਆਂ ਨੇ, ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਹਰੇਕ ਪਾਸੇ ਸ਼ਾਸਤ ਕਰਦੇ ਆ। ਬੁੱਢੇ ਨਾਲੇ ਤੋਂ 25-30 ਸਾਲਾਂ ਤੱਕ ਨੀਂਹ ਪੱਥਰੀ ਰੱਖੇ ਜਾ ਰਹੇ ਆ ਪਰ ਸਾਫ ਨਹੀਂ ਕਰ ਰਿਹਾ। ਟੀਟੂ ਬਾਣੀਏ ਨੇ ਧਰਨੇ ਲਾ ਲਾ ਕੇ 650 ਕਰੋੜ ਰੁਪਇਆ ਪਾਸ ਕਰਵਾਇਆ, ਪਰ ਮੈਨੂੰ ਲੱਗਦਾ ਵਾ ਵੀ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਉਹਨਾਂ ਨੂੰ ਖੁਰਦ ਬੁਰਦ ਕਰ ਗਿਆ। ਮੈਂ ਤਾਂ ਅੱਜ ਰਵਨੀਤ ਬਿੱਟੂ ਨੂੰ ਬੇਨਤੀ ਕਰਨ ਆਇਆ ਵਾਂ ਵੀ ਕੈਪਟਨ ਸਾਹਿਬ ਨੇ ਤਾਂ ਅਸਤੀਫਾ ਦੇਤਾ, ਤੁਸੀਂ ਦੱਸੋ ਵੀ 650 ਕਰੋੜ ਰੁਪਇਆ ਹੈ ਕਿੱਥੇ ਆ, ਕਿਹੜੀ ਬੈਂਕ 'ਚ ਰੱਖਿਆ ਹੋਇਆ ਵਗਰਾ, ਕਿਉਂਕਿ ਆਹ ਸਾਡੇ ਬੱਚਿਆਂ ਦਾ ਸਵਾਲ ਆ। ਅੱਜ ਲੋਕ ਟੀਟੂ ਬਾਣੀ ਨੂੰ ਪਾਗਲ ਕਹਿਣਗੇ ਕਿਰਾ, ਪਰ ਆਉਣ ਵਾਲੀ ਪੀੜ੍ਹੀ ਸਾਨੂੰ ਸਵਾਲ ਪੁੱਛੂਗੀ ਕਿਰਾ ਵੀ ਸਾਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ, ਸਾਨੂੰ ਵਾਤਾਵਰਨ ਸਾਫ਼ ਨਹੀਂ ਮਿਲ ਰਿਹਾ, ਅਤੇ ਤੁਸੀਂ ਬੋਲੇ ਕਿਉਂ ਨਹੀਂ ਕਿਰਾ, ਅਤੇ ਟੀਟੂ ਬਾਣੀ ਬੋਲਿਆ ਤਾਂ ਤੁਸੀਂ ਉਹਦੀ ਮਦਦ ਕਿਉਂ ਨਹੀਂ ਕੀਤੀ ਕਿਰਾ? ਅਤੇ ਕਿਤੇ ਟੀਟੂ ਬਾਣੀਆ ਹੀ ਕਿਉਂ ਮੁੱਦਾ ਚੱਕਦਾ? ਦੇਖੋ ਜੀ, ਕਿਤੇ ਨਾ ਕਿਤੇ ਟੀਟੂ ਬਾਣੀਆ, ਦੇਖੋ ਜੀ ਕੋਈ ਨਾ ਕੋਈ ਤਾਂ ਮੁੱਦਾ ਚੱਕਣ ਵਾਲਾ ਹੁੰਦਾ ਹੀ ਆ। ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀਗਾ ਉਦੋਂ ਭਗਤ ਸਿੰਘ ਉਹਨਾਂ ਨੇ ਲੜਾਈਆਂ ਲੜੀਆਂ ਅਤੇ ਉਹਨਾਂ ਨੇ ਆਜ਼ਾਦ ਕਰਵਾਇਆ ਸਾਡਾ ਦੇਸ਼। ਆਪਾਂ ਜੇ ਕਹਦੇ ਵੀ ਤੂੰ ਤੁਸੀਂ ਕਿਉਂ, ਅੱਜ ਤਾਂ ਬੇਨਤੀ ਕਰਦੇ ਹਾਂ ਲੀਡਰਾਂ ਨੂੰ ਵੀ ਤੁਸੀਂ ਮੁੱਦੇ ਚੱਕੋ ਅਸੀਂ ਰਹਿਣ ਦਿੰਦੇ ਹਾਂ। ਸਾਡੇ ਹੁਣ ਬੈਸਾ ਵਾ, ਵੋਟ ਤਾਂ ਪਾਉਂਦੇ ਆ ਰਾਸ਼ਟਰਪਤੀ ਦੀ ਬੀਜੇਪੀ ਨੂੰ, ਹੁਣ ਕਿਸਾਨਾਂ ਦਾ ਪਤਾ ਲੈਣ ਗਏ ਹੋਏ ਆ, ਤਾਂ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਮੁੱਦੇ 'ਤੇ ਲਾਈਵ ਹੋ। 100 ਰੁਪਇਆ ਚੋਰ ਜਦੋਂ ਚੋਰੀ ਕਰਦਾ ਵਾ ਅਫਸਰ, ਤੁਸੀਂ ਲਾਈਵ ਹੁੰਦੇ ਆ, ਇਹ 'ਤੇ ਵੀ ਲਾਈਵ ਹੋ ਕੇ ਇਸ ਚੀਜ਼ ਦਾ ਹੱਲ ਕਰਾਇਆ ਜਾਵੇ, ਕਿਉਂਕਿ ਸਾਡੇ ਜਿਹੜੇ ਲੋਕ ਹੈਗੇ ਆ ਉਹ ਸਾਫ਼ ਪਾਣੀ ਪੀਣਾ ਚਾਹੁੰਦੇ ਆ, ਬਿਮਾਰੀਆਂ ਨਾਲ ਮਰ ਰਹੇ ਆ। ਜਿਹੜੇ ਸਾਡੇ ਲੀਡਰ ਹੈਗੇ ਆ ਉਹਨਾਂ ਦਾ ਇਲਾਜ ਤਾਂ ਗੌਰਮੈਂਟ ਕਰ ਦਿੰਦੀ ਹੈ, ਉਹਨਾਂ ਦਾ ਗੌਰਮੈਂਟ ਕਰ ਦਿੰਦੀ ਆ। ਅਤੇ ਚੰਨੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਵੀ ਨਵੇਂ ਤੁਸੀਂ ਮੁੱਖ ਮੰਤਰੀ ਬਣੇ ਹੋ ਅਤੇ ਬੁੱਢਾ ਨਾਲਾ 1 ਮਹੀਨੇ ਦੇ ਅੰਦਰ ਅੰਦਰ ਸਾਫ਼ ਕਰਾ ਦਿਓ, ਤਾਂ ਨਹੀਂ ਤਾਂ ਲੋਕ ਕਹਿਣਗੇ ਵੀ ਪੜ੍ਹਿਆ ਲਿਖਿਆ ਸੀ ਐਮ ਹੈਗਾ ਅਨਪੜ੍ਹਾਂ ਵਾਲੇ ਕੰਮ ਕਰੀ ਜਾਂਦਾ ਵਾ, ਅਤੇ ਮੈਂ ਵੀ ਆਖੂੰਗਾ ਕਰਾਂ, ਅਤੇ ਟੀਟੂ ਬਾਣੀਆ ਮਰ ਜੂਗਾ ਕਰਾਂ, ਮੈਂ ਇਹਨਾਂ ਦਾ ਵੀ ਜੂਸ ਕੱਢੂੰਗਾ ਅੱਗੇ ਅੱਗੇ ਵੀਰੇ, ਮੈਂ ਕੀ ਕਰਨਾ ਵਾ ਤੈਨੂੰ ਪਤਾ ਨਹੀਂ ਹਜੇ ਕਰਾਂ। ਹਾਂ, ਮੈਂ ਵੀ ਬੜਾ ਖਤਰਨਾਕ ਬੰਦਾ ਵਾਂ ਕਰਾਂ, ਐਵੇਂ ਨਾ ਸੋਚੋ ਵੀ ਮੈਂ ਪਤਲਾ ਜਿਹਾ ਬੰਦਾ ਕਰਾਂ, ਕਿਉਂਕਿ ਅੱਜ ਤਾਂ ਇਹਨਾਂ ਦਾ ਜੂਸ ਕੱਢਾਂਗੇ ਵੀ ਕਰਾਂ। ਚਲੋ ਅੱਜ ਭੰਡ ਭੱਜ ਗਿਆ, 144 ਧਾਰਾ ਲਾਤੀ ਆ, ਇਹਨਾਂ ਨੂੰ ਚਾਹੀਦਾ ਵਾ ਵੀ ਪਰਚੇ ਉਹਨਾਂ ਦੇ ਧਾਰਾ ਲਾਓ ਜਿਹੜੇ ਇੱਥੇ ਗੰਦ ਪਾ ਰਹੇ ਆ, ਉਹ 'ਚ ਮਰੀਆਂ ਹੋਈਆਂ ਗਾਵਾਂ, ਮੱਝਾਂ, ਕੁੱਤੇ, ਗੋਹਾ ਲੋਕ ਸਿੱਟੀ ਜਾਂਦੇ ਆ। ਅੱਡਾ ਬਣਾ ਲਿਆ ਉਹਨਾਂ ਨੇ 82 ਦਾ, ਦਾਰੂਆਂ ਪੀ ਪੀ ਸਿੱਟੀ ਜਾਂਦੇ ਉੱਥੇ ਕਿਰਾ। ਆ ਸਾਡੇ ਆਸੂ ਜੀ ਪਤਾ ਨਹੀਂ ਕਿਹੜੇ ਕਲਾਸ ਵਿੱਚ ਪੜ੍ਹੇ ਨੇ ਕਿਰਾ, ਉਹ ਕਹਿੰਦੇ ਸਾਫ਼ ਪਾਣੀ ਪਾ ਦਿਓ ਬੁੱਢੇ ਨਾਲੇ 'ਚ ਸਾਫ਼ ਹੋ ਜੂਗਾ। 650 ਕਰੋੜ ਆਇਆ ਉਹ ਕਿੱਥੇ ਆ? ਟੀਟੂ ਬਾਣੀ ਨੂੰ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਚਾਹੀਦਾ ਵਾ। ਕਿਤੇ ਨਾ ਕਿਤੇ ਕੀ ਲੱਗਦਾ ਕੀ ਹੈ ਕਿ ਇਹਦੇ ਵਿੱਚ ਕਿਹਦਾ ਹੱਥ ਹੈ? ਹੱਥ ਕੀ ਹੈ? ਸਰਕਾਰਾਂ ਇਹ ਸਿਆਸਤ ਕਰ ਰਹੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਆ ਚੰਨੀ ਸਾਹਿਬ ਨੇ ਇੱਕ ਗਰੀਬ ਬੰਦੇ ਨੂੰ ਪਤਾ ਨਹੀਂ 500 ਰੁਪਏ ਸਗਨ ਦਿੱਤਾ, ਪਤਾ ਨਹੀਂ 1000 ਰੁਪਏ ਦਿੱਤਾ, ਜੱਫੀਆਂ ਪਾਈਆਂ, ਪੂਰੇ ਚੈਨਲਾਂ 'ਤੇ ਖਬਰਾਂ ਲਵਾਤੀਆਂ 1 ਲੱਖ ਰੁਪਏ ਦੀਆਂ, ਵੱਡੇ ਵੱਡੇ ਬੋਰਡ ਲਵਾਤੇ 1 ਲੱਖ ਰੁਪਏ ਲਾ ਕੇ, ਵੀ ਆਮ ਬੰਦਾ ਵਾ। ਤੁਸੀਂ ਆਮ ਬੰਦੇ ਹੋ ਚਾਹੇ ਖਾਸ ਬੰਦੇ ਹੋ, ਸਾਨੂੰ ਇਸ ਤਰ੍ਹਾਂ ਹੀ ਮਤਲਬ ਨਹੀਂ ਆ, ਲੋਕਾਂ ਦੇ ਕੰਮ ਕਰੋ, ਅਸੀਂ ਤੁਹਾਨੂੰ ਕੰਮ ਕਰਨ ਵਾਸਤੇ ਬਣਾਇਆ ਵਾ। ਔਰ ਰੌਲਾ ਪਿਆ ਹੋਇਆ ਬੜੇ ਚੈਨਲਾਂ 'ਤੇ ਕਿਰਾ, ਚੰਨੀ ਦਾ ਦੇ ਮੁੰਡੇ ਦਾ ਵਿਆਹ ਬੜੀ ਸਾਦਗੀ ਨਾਲ ਹੋਇਆ ਵਾ, ਸਾਦਗੀ ਨਾਲ ਹੋਵੇ ਚਾਹੇ ਨਾ ਹੋਵੇ ਯਾਰ, ਕਿਰਾ ਮਹਿੰਗੇ ਰੇਟ ਵਿੱਚ ਹੋਵੇ ਅਸੀਂ ਕੀ ਲੈਣਾ ਵਾ? ਅਸੀਂ ਤਾਂ ਲੋਕਾਂ ਦੇ ਮੁੱਦੇ ਹੱਲ ਕਰਾਉਣੇ ਆ, 3 ਰੁਪਏ ਝੁੰਡ ਕਿੱਥੇ ਗਈ ਕਿਰਾ? ਆਹ ਬੇਅਦਬੀ ਦਾ ਮੁੱਦਾ ਇਹਨਾਂ ਨੇ ਚੱਕਿਆ ਸੀਗਾ,
कित्थे गया वो रेत माफिया दसो कि मिली रेत गिरा अज तक इन्हें ड्रामे ना करो लोगों के कम करो लोग तो आपे वोटा पाओगे करो 144 लाई हुई है जेडे पुलिस मुलाजम तो चाहते हैं भी टीटू बाणी का परचा हो पर टीटू बाणी इन्होंने कोई मौका नहीं दूंगा परचे का करो जो परचा हो गया वो भी निपट लाँगे मैं कहते चिट्ठा बेचना आया वहाँ जब मैं नकली सदा बेचना आया वहाँ अच्छा लोगों के मुद्दे लैके आए हैं तो लोगों के मुद्दे हल कराने वास्ते आए हैं जी बहुत बहुत धन्यवाद जी थोड़ा भी सो इसी टीटू बाणी का कहना कि कितना कितने जरा बुढ़े नाले की जी सफाई 650 करोड़ रुपया जरा कि लागत वो आ चुकी है पर जी कितना कितने सफाई है वह नहीं हो रही तो सरकार यही बेनती करते हैं कि जी बुढ़े नाले की वह सफाई की जाए सो तुम इतने शलॉग भी दिखा दें कि लिखा हुआ और महफिल लागे अज पंड टीटू बाणिया कसूगा तंज 650 करोड़ पास हो गया पर साफ ना होया बुढ़े नाले का गंद तो इदा दी होर अपडेट्स लई तुसीं जुड़े रहो जनहित देशी दे नाल मैं अंकित वर्मा कैमरामैन प्रिंस दे नाल आपको हमारी ये वीडियो पसंद आई तो हमारे चैनल को लाइक शेयर और सब्सक्राइब करें ऐसी और अपडेट्स देखने के लिए बेल आइकॉन जरूर दबाएं।